ਤੁਸੀਂ ਸਬਸਕ੍ਰਾਈਬ ਕਰੋ ਇਸ MH1 ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ ਸੋ ਗੋ ਐਂਡ ਸਬਸਕ੍ਰਾਈਬ ਓ ਮੈਂਡੀ ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ ਚੱਲ ਆ ਤੈਨੂੰ ਕੰਟੀਨੀ ਚਾਹ ਪਿਆਵਾਂ ਕੁੜੀਆਂ ਦੇ ਪਿੱਛੇ ਰਹਿਣੇ ਗੇੜੇ ਮਾਰਦਾ ਮੈਂ ਬੁਲਟ ਉੱਤੇ ਚੜ ਕੇ ਉਹ ਪਿੰਡ ਛੱਡ ਖਾਲਸੇ ਚ ਲੈ ਲੈ ਦਾਖਲੇ ਨੀ ਬਿੱਲਾ ਯਾਰ ਬਾਰੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਰਵਨੀਤ ਲੈ ਕੇ ਹਾਜ਼ਰ ਹੋ ਚੁੱਕਿਆ ਤੁਹਾਡੇ ਸਾਰਿਆਂ ਦਾ ਫੇਵਰੇਟ ਸ਼ੋਅ ਦਾ ਨਾਮ ਹੈ ਜੀ ਕੰਟੀਨੀ ਚਲੋ ਜੀ ਭਾਈ ਜਿੰਨੇ ਟੀਵੀ ਮੂਹਰੇ ਬੈਠੇ ਨੇ ਜਿੰਨੇ ਤੁਸੀਂ ਖੜੇ ਹੋ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਕਿਉਂਕਿ ਸਾਡੇ ਨਾਲ ਸਪੌਂਸਰ ਜੁੜ ਗਏ ਨੇ ਜੀ 7 Up ਨਿੰਬੂ ਤੇ ਮਸਾਲਾ ਸੋਡਾ ਸੋ ਜ਼ੋਰਦਾਰ ਤਾੜੀਆਂ ਭਾਈ 7 Up ਨਿੰਬੂ ਮਸਾਲਾ ਸੋਡਾ ਅਸਲੀ ਨਿੰਬੂ ਤੇ ਮਸਾਲਾ ਪਾ ਕੇ ਸੋ ਅੱਜ ਦਾ ਸਾਡਾ ਕੰਟੀਨੀ ਮੰਡੀਰ ਬਹੁਤ ਸਪੈਸ਼ਲ ਹੈ ਸਪੈਸ਼ਲ ਖਾਸ ਇੱਕ ਗੱਲ ਤਾਂ ਇਹ ਹੈ ਵੀ ਅਸੀਂ ਖਾਲਸਾ ਕਾਲਜ ਸੈਕਟਰ 26 ਚੰਡੀਗੜ੍ਹ ਆਏ ਦੂਜਾ ਸਪੈਸ਼ਲਿਟੀ ਇਹ ਹੈ ਵੀ 7 Up ਨਿੰਬੂ ਤੇ ਮਸਾਲਾ ਸੋਡਾ ਅਸਲੀ ਨਿੰਬੂ ਅਤੇ ਮਸਾਲਾ ਮਾਰ ਕੀ ਨਾਂ ਜੀ ਤੁਹਾਡਾ ਕਨਿਕਾ ਸੂਦ ਕਨਿਕਾ ਸੂਦ ਕਹਿੰਦੇ ਜਦੋਂ ਸੋਹਣੀ ਕੁੜੀ ਆ ਜਾਏ ਨਾ ਜੀ ਫਿਰ ਪਿੰਡ ਦੇ ਵਿੱਚ ਨਾ ਨਿੰਬੂ ਤੇ ਮਿਰਚਾਂ ਮਾਰਦੇ ਹੁੰਦੇ ਆ ਹੁਣ ਸਾਡੇ ਕੋਲ ਨਿੰਬੂ ਮਿਰਚਾਂ ਤਾਂ ਹੈ ਨਹੀਂ ਉਹ ਬੋਤਲਾਂ ਹੈਗੀਆਂ ਨਿੰਬੂ ਵਾਲੀਆਂ ਸੋ ਭਾਈ ਨਜ਼ਰ ਨਾ ਲੱਗੇ ਬੋਤਲ ਹੀ ਮਾਰ ਦਿੰਦੇ ਅੱਛਾ ਕੀ ਸ਼ੌਂਕ ਨੇ ਤੁਹਾਡੇ ਮੇਰੇ ਹਾਂਜੀ ਤੁਹਾਡੇ ਪੁੱਛੋ ਜੀ ਮਾਈਕ ਤਾਂ ਰੱਖੋ ਜੀ ਇੱਕ ਹੀ ਬਾਤ ਕਹਿ ਰਹਾ ਹੂੰ ਛੱਡੋ ਜੀ ਮਾਈਕ ਮੈਂ ਖੁਦ ਹੀ ਪਕੜ ਦਿੱਤਾ ਹੂੰ ਹਾਂਜੀ ਮੇਰੇ ਸ਼ੌਕ ਜਿਮਿੰਗ ਜਿਮਿੰਗ ਜਿਮ ਜਾਂਦੇ ਹੋ ਜੀ ਕਿੰਨੇ ਕਿਲੋ ਭਾਰ ਹੈ ਜੀ 59 ਓਕੇ 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 ਕੀ ਕੀ ਏਮ ਹੈ ਕੀ ਏਮ ਹੈ ਕਿੱਥੇ ਤੱਕ ਲੈ ਕੇ ਆਉਣਾ ਹੈ ਭਾਰ ਘਟਾਉਣਾ ਹੈ ਕਿ ਹੋਰ ਤੁਹਾਨੂੰ ਚੜਾਉਣਾ ਹੈ ਨਹੀਂ ਘਟਾਉਣਾ ਔਰ ਘਟਾਉਣਾ ਔਰ ਘਟਾਉਣਾ ਹੈ ਕਈ ਜਿਮ ਜੋ ਮਿਲਾ ਕੇ ਆਣਾ ਇੱਕ ਕੁੜੀ ਸੀਗੀ ਬਹੁਤ ਸੋਹਣੀ ਫੜਿਓ ਮਾਈਕ ਤੁਹਾਨੂੰ ਗੱਲ ਦੱਸਦਾ ਉਹ ਇੱਥੇ ਜਿਮ ਆਉਂਦੀ ਹੁੰਦੀ ਸੀਗੀ ਉਹਨੇ ਭਾਈ ਪੂਰਾ ਜ਼ੋਰ ਲਾਉਣਾ ਖਾਸੀ ਮੋਟੀ ਸੀ ਜਿਮ ਜੋ ਮਿਲਾ ਕੇ 12 ਕਿਲੋ ਉਹ ਜਲੇਬੀਆਂ ਖਾ ਲੈਣੀਆਂ ਫਿਰ ਉਹਨੇ 3 ਮਹੀਨੇ ਇਹੀ ਕਹਿਣਾ ਨਾ ਕੰਮ ਨਹੀਂ ਹੋ ਰਹੀ ਸਾਡੇ ਨਿੰਬੂ ਵਰਗਾ ਚੱਟ ਪਟਾਕਾ ਕਰਾਰਾ ਜਿਹਾ ਸੌਂਗ ਆਉਂਦਾ ਤੁਹਾਨੂੰ ਕੋਈ ਵੀ ਪੰਜਾਬੀ ਸੌਂਗ ਆਤੀ ਹੈ ਪੰਜਾਬੀ ਸੌਂਗ ਆਤੀ ਹੈ ਪੰਜਾਬੀ ਸੌਂਗ ਆਤੀ ਹੈ ਕਿ ਆਤਾ ਹੈ ਪੰਜਾਬੀ ਸੌਂਗ ਕੀ 2 ਲਾਈਨੇ ਆਤੀ ਹੈ ਸਾਡਾ ਤਾਂ ਪੰਜਾਬੀ ਸੌਂਗ ਆਤਾ ਹੈ ਤੁਹਾਨੂੰ ਆਤੀ ਕੈਸੇ ਹੈ ਚਲੋ ਪੰਜਾਬੀ ਸੌਂਗ ਪਤਾ ਨਹੀਂ ਆਤਾ ਹੈ ਕਿ ਆਤੀ ਹੈ ਜੋ ਵੀ ਆਤੀ ਹੈ ਸੁਣਾਓ ਜੀ ਅੱਖਾਂ ਵਿੱਚ ਪਾਊਡਰ ਗੰਦਾ ਅੱਖਾਂ ਵਿੱਚ ਪਾਊਡਰ ਗੰਦਾ ਲਾਹੌਰ ਦੀਆਂ ਬਾਲੀਆਂ ਲਾਹੌਰ ਦੀਆਂ ਬਾਲੀਆਂ ਨਹੀਂ ਬਾਲੀਆਂ ਬਾਲੀਆਂ ਆਈ ਡੋਨਟ ਨੋ ਲੈ ਕੇ ਗਿਆ ਮੈਂ ਆਪਕੋ ਸਮਝਾ ਰਹਾ ਹੂੰ ਸਾਦ ਸਾ ਬਾਲੀਆਂ ਜੋ ਹਮ ਕਾਨੋਂ ਮੇ ਡਾਲਤੇ ਹਨ ਕੁੜੀਆਂ ਨਹੀਂ ਪਾਉਂਦੀਆਂ ਹਾਂ ਬਾਲੀਆਂ ਬੜੀ ਬੜੀ ਹਾਂ ਹਾਂ ਬੜੀ ਬੜੀ ਹਾਂ ਬੜੀ ਬੜੀ ਅੱਖਾਂ ਵਿੱਚ ਬਾਰਡਰ ਗੰਦਾ ਕੰਨਾਂ ਵਿੱਚ ਬਾਲੀਆਂ ਅੱਗੇ ਜੀ ਜੁੱਤੀ ਪਟਿਆਲੇ ਦੀਆਂ ਲਾਹੌਰ ਦੀਆਂ ਬਾਲੀਆਂ ਅੱਖਾਂ ਵਿੱਚ ਬਾਰਡਰ ਗੰਦਾ ਲੋਡੜ ਦੋ ਨਾਲਿਆਂ ਬਹੁਤ ਵੱਡੀ ਫੈਨ ਆ ਪਰ ਮੈਂ ਤੁਹਾਡੀ ਫੈਨ ਨਹੀਂ ਮੈਂ ਇੱਕ ਗੱਲ ਕਹੂੰਗੀ ਤੁਸੀਂ ਪੰਜਾਬ ਦੇ ਸਭ ਤੋਂ ਸੋਹਣੇ ਮੁੰਡੇ ਹੋ ਵਾਹਿਗੁਰੂ ਮੈਂ ਦੇਖਿਆ ਕਿੰਨਾ ਕਿ ਸੋਹਣਾ ਬਹੁਤ ਪਿਆਰ ਦਿੱਤਾ ਮੈਨੂੰ ਇਹ ਤਾਂ ਸਰ ਕੋਈ ਗੱਲ ਨਹੀਂ ਛੱਡੋ ਹੋਰ ਸੁਣਾਓ ਜੀ ਕੀ ਨਾਂ ਤੁਹਾਡਾ ਸੁਮਨਜੀਤ ਕੌਰ ਸੁਮਨਜੀਤ ਕੌਰ ਤੁਹਾਡੇ ਕੀ ਸ਼ੌਂਕ ਨੇ ਜੀ ਸਿੰਗਿੰਗ ਸਿੰਗਿੰਗ ਫਿਰ ਇੱਕ ਗਾਣਾ ਸੁਣਾਓ ਸਾਨੂੰ ਚੱਟ ਪਟਾਕਾ ਜਿਹਾ ਹੋ ਚਾਹੀਦੀਆਂ ਨਹੀਂ ਫਰਾਰੀਆਂ ਨਿਭਾਉਂਦਾ ਹੋਵੇ ਆਰੀਆਂ ਹੋਵੇ ਦੇਸੀ ਪਾਵੇਂ ਅੰਮੇ ਵਾਲਾ ਜੱਟ ਦੇਸੀ ਪਾਵੇਂ ਅੰਬੇ ਵਾਲਾ ਜੱਟ ਨੀ ਜਿਹਨੂੰ ਵੱਜਦੇ ਸਰੂਟ ਪਾ ਕੇ ਤੁਰਾਂ ਨਾਲ ਸੂਟ ਹੋਵੇ ਕੁੜਤੇ ਪਜਾਮੇ ਵਾਲਾ ਜੱਟ ਨੀ ਜਿਹਨੂੰ ਵੱਜਦੇ ਸਰੂਟ ਪਾ ਕੇ ਤੁਰਾਂ ਨਾਲ ਸੂਟ ਹੋਵੇ ਕੁੜਤੇ ਪਜਾਮੇ ਵਾਲਾ ਜੱਟ ਨੀ ਥੈਂਕ ਯੂ ਸੋ ਮਚ ਜੀ ਹਾਲੋ ਜੀ ਕੱਢੋ ਜੀਬ ਪੂਰੀ ਪੂਰੀ ਹੋਰ 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 ਆਜੋ ਆਜੋ ਤੁਸੀਂ ਆਜੋ ਤੁਸੀਂ ਆਜੋ ਸਤਿ ਸ਼੍ਰੀ ਅਕਾਲ ਜੀ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਤੁਹਾਡਾ ਹਰਦੀਪ ਸਿੰਘ ਹਰਦੀਪ ਸਿੰਘ ਕਿੱਥੋਂ ਬਿਲੋਂਗ ਕਰਦੇ ਹੋ ਮੈਂ ਜ਼ੀਰਕਪੁਰ ਤੋਂ ਜੀ
ਤੇ ਕੀ ਹੌਬੀਜ਼ ਕੀ ਨੇ ਜੀ? ਹੌਬੀਜ਼ ਗਾਣਾ ਖੇਡਣਾ, ਭੰਗੜੇ ਪਾਉਣਾ। ਤੇ ਸੁਣਾਓ ਫਿਰ ਕੀ ਸੁਣਾਓਗੇ? ਸਾਰੇ ਜੱਗ ਵਿੱਚ ਸਾਡੀ ਗੱਲਾਂ ਹੁੰਦੀਆਂ, ਲੋਕੀ ਕਹਿੰਦੇ ਸਾਨੂੰ ਕੈਮ ਸਰਦਾਰ ਜੀ। ਉਹ ਸਾਰੇ ਜੱਗ ਵਿੱਚ ਸਾਡੀ ਗੱਲਾਂ ਹੁੰਦੀਆਂ, ਲੋਕੀ ਕਹਿੰਦੇ ਸਾਨੂੰ ਕੈਮ ਸਰਦਾਰ ਜੀ। ਉਹ ਸ਼ੌਂਕ ਰੱਖਦੇ ਆ, ਸ਼ੌਂਕ ਰੱਖਦੇ ਆ, ਸ਼ੌਂਕ ਰੱਖਦੇ ਆ ਲੋਕਾਂ ਨਾਲੋਂ ਵੱਖਰੇ, ਤਾਈਓ ਡੁੱਲੀ ਫਿਰੇ ਹਰ ਮੁਟਿਆਰ ਜੀ। ਸਾਰੇ ਜੱਗ ਵਿੱਚ ਸਾਡੀ ਗੱਲਾਂ ਹੁੰਦੀਆਂ, ਲੋਕੀ ਕਹਿੰਦੇ ਸਾਨੂੰ ਕੈਮ ਸਰਦਾਰ ਜੀ। ਥੈਂਕ ਯੂ ਜੀ। ਸਾਡੇ ਵੱਲੋਂ ਟੀ ਸ਼ਰਟ 7 ਅਪ ਨਿੰਬੂ ਮਸਾਲਾ ਸੋਡਾ, ਜਿਹੜੇ ਸਾਡੇ ਸਪੋਂਸਰ ਨੇ ਅੱਜ ਦੇ, ਔਰ ਇਹ ਸਪੈਸ਼ਲ ਸਾਡਾ ਪ੍ਰੋਗਰਾਮ ਹੈ ਜੀ, ਕਿਉਂਕਿ 7 ਅਪ ਨਿੰਬੂ ਮਸਾਲਾ ਸੋਡਾ ਸਾਡੇ ਨਾਲ ਜੁੜਿਆ। ਅਤੇ ਇਸ ਚਟ ਪਟਾਕੇ ਗਾਣੇ ਤੋਂ ਬਾਅਦ ਤੁਹਾਨੂੰ ਇਹ ਵੀ ਗਿਫਟ ਦਿੱਤਾ ਜਾਂਦਾ, ਬਾਬੇ ਤੁਹਾਨੂੰ ਤਰੱਕੀ ਦੇਣ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਹ ਕਿਵੇਂ ਦੋਵੇਂ ਆ ਗਈਆਂ? ਅਸੀਂ ਤੁਹਾਡੇ ਬਹੁਤ ਵੱਡੇ ਫੈਨ ਹੈ। ਵਾਹਿਗੁਰੂ ਤਰੱਕੀ ਦੇਵੇ। ਤੁਹਾਡਾ ਕੀ ਨਾਮ ਜੀ? ਰਮਨਦੀਪ ਕੌਰ। ਰਮਨਦੀਪ, ਤੁਹਾਡਾ ਕੀ ਨਾਮ ਜੀ? ਸੁਖ। ਸੁਖਨ? ਸੁਖ। ਸੁਖ, ਹਾਂਜੀ। ਓਕੇ ਓਕੇ, ਹਾਂਜੀ, ਰੱਬ ਸੁੱਖ ਰੱਖੇ। ਕੀ ਕੀ ਸੁਣਾਓਗੇ ਜੀ? ਜੋ ਤੁਸੀਂ ਕਹੋ। ਕੋਈ ਵੀ ਗਾਣਾ ਸੁਣਾਓ, ਕੁਛ ਵੀ। ਭੰਗੜਾ ਕਰ ਸਕਦੇ? ਭੰਗੜਾ, ਭੰਗੜਾ ਕਰ ਦਿਓ ਜੀ, ਭੰਗੜਾ ਕਰ ਦਿਓ। ਬਾਬਾ ਜੀ ਆਪ ਹੀ ਰੋਕਣਾ ਹੁੰਦਾ, ਇਹ ਨਹੀਂ ਰੁਕਦੀਆਂ ਹੁੰਦੀਆਂ। ਹਾਂਜੀ, ਆ ਲਓ ਜੀ, ਨਿੰਬੂ ਮਸਾਲਾ ਸੋਡਾ, 7 ਅਪ ਨਿੰਬੂ ਮਸਾਲਾ ਸੋਡਾ। ਖੁਸ਼ ਰਹੋ ਜੀ, ਬਾਬੇ ਤੁਹਾਨੂੰ ਤਰੱਕੀ ਦੇਣ। ਸੋ ਜੀ ਹਾਂ ਦੋਸਤੋ, ਤੁਸੀਂ ਦੇਖ ਰਹੇ ਹੋ ਜੀ ਸਾਡਾ ਕੰਟੀਨ ਮਡੀਰ ਦਾ ਸਪੈਸ਼ਲ ਐਪੀਸੋਡ 7 ਅਪ ਨਿੰਬੂ ਮਸਾਲਾ ਸੋਡਾ, ਅੱਜ ਬਿਲਕੁਲ ਨਾਲ ਸਾਡੇ ਜੁੜਿਆ ਹੋਇਆ ਤੇ ਅਗਲੇ ਆਪਾਂ ਬੁਲਾਉਂਦੇ ਹਾਂ ਨੂੰ। ਆਓ ਜੀ, ਆਓ, ਸਤਿ ਸ਼੍ਰੀ ਅਕਾਲ ਜੀ। ਤੇ ਪਹਿਲਾਂ ਮੇਰੇ ਵੱਲੋਂ ਤੁਹਾਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕਿਵੇਂ ਆ ਤੁਸੀਂ? ਉਹ ਮੰਨਿਆ ਤੂੰ ਪਾ ਕੇ ਆਈ ਨਵਾਂ ਨਵਾਂ ਸੂਟ ਨੀ, ਮੰਨਿਆ ਤੂੰ ਪਾ ਕੇ ਆਈ ਅੱਜ ਨਵਾਂ ਸੂਟ ਨੀ, ਜੱਟ ਦੇ ਵੀ ਦੇਖੀਏ ਦਰਲਾਲ ਲਾਲ ਬੂਟ ਨੀ। ਜੱਚ ਰਹੇ ਹੋ ਮੇਰੇ ਨਾਲ ਖੜੇ? ਓ ਬੱਲੇ ਬੱਲੇ ਬੱਲੇ, ਕਹਿਣਾ ਇਹਨੇ ਇਹ ਸੀਗਾ ਕਿ ਮੈਂ ਜੱਚ ਰਹੀ ਹਾਂ ਤੁਹਾਡੇ ਨਾਲ ਖੜੀ, ਪਰ ਇਹਨੇ ਕਹਿਤਾ ਜੱਚ ਰਹੇ ਹੋ ਤੁਸੀਂ ਮੇਰੇ ਨਾਲ ਖੜੇ। ਬਹੁਤ ਵਧੀਆ ਜੀ, ਤੁਹਾਡੇ ਕਰਕੇ ਜੀ ਸ਼ੋਅ ਵੀ, ਤੁਹਾਡੇ ਕਰਕੇ ਸਾਰਾ ਕੁਝ ਮੇਲਾ ਲੱਗਿਆ। ਕੀ ਨਾਂ ਜੀ ਤੁਹਾਡਾ? ਦਲਜੀਤ ਜੀ। ਦਲਜੀਤ, ਹਾਂਜੀ, ਕਿੱਥੇ ਰਹਿੰਦੇ ਹੋ ਜੀ? ਮੈਂ ਚੰਡੀਗੜ੍ਹ ਤੋਂ ਲੋਕਲ ਹਾਂ ਜੀ। ਚੰਡੀਗੜ੍ਹ ਤੋਂ ਲੋਕਲ ਹਾਂ? ਚੰਡੀਗੜ੍ਹ, ਲੋਕਲ ਚੰਡੀਗੜ੍ਹ ਤੋਂ ਜੀ, ਲੋਕਲ ਹੀ ਹੋ ਜੀ ਫਿਰ ਤਾਂ। ਸਾਡੀ ਸ਼ਹਿਰ ਦੀ ਆ। ਅਸੀਂ ਪਿੰਡ ਵਾਲੇ। ਠੀਕ ਹੈ ਜੀ, ਅਸੀਂ ਚੰਡੀਗੜ੍ਹ ਵਾਲੇ। ਤੁਸੀਂ ਚੰਡੀਗੜ੍ਹ ਵਾਲੇ ਹੋ, ਪਰ ਇਹ ਤੁਹਾਡਾ ਚੰਡੀਗੜ੍ਹ ਚੱਲਦਾ ਸਾਡੇ ਕਰਕੇ ਹੀ ਹੈ। ਅੱਛਾ ਜੀ, ਤੁਹਾਡੇ ਭੁਲੇਖੇ ਨੇ ਪਿੰਡਾਂ ਵਾਲਿਆਂ ਦੇ। ਨਹੀਂ, ਇਹ ਚੰਡੀਗੜ੍ਹ ਹੋ ਜੂ ਜਮਾ ਸੁਣਨਾ, ਜੇ ਪਿੰਡਾਂ ਵਾਲੇ। ਅੱਛਾ, ਕੀ ਸ਼ੌਂਕ ਹੈ ਜੀ? ਸਭ ਤੋਂ ਬੜਾ ਸਾਡਾ ਡ੍ਰੀਮ ਕਮ ਟਰੂ ਹੋਗਾ ਤੁਹਾਨੂੰ ਆਪਣੇ ਸਾਹਮਣੇ ਵੇਖ ਕੇ ਤੇ ਤੁਹਾਨੂੰ ਮਿਲ ਕੇ। ਓਕੇ, ਥੈਂਕ ਯੂ ਸੋ ਮਚ ਜੀ। ਕੀ ਸੁਣਾਓਗੇ ਜੀ? ਮੈਂ ਤੁਹਾਡੇ ਨਾਲ ਕੁਝ ਵੀ ਕਰਨਾ ਚਾਹੇ, ਤੁਸੀਂ ਮੇਰੇ ਨਾਲ ਐਕਟ ਕਰ ਲਓ ਤੇ ਸ਼੍ਰੀ ਗੱਲ ਭੰਗੜਾ ਕਰ ਲਓ ਮੇਰੇ ਨਾਲ। ਹਾਂਜੀ, ਭੰਗੜਾ ਤੁਹਾਡੇ ਨਾਲ ਪਾ ਲੈਣਾ ਜੀ, ਨਵਾਂ ਸੂਟ ਦਾ ਮੁੱਲ ਪਾ ਦਈਏ, ਭੰਗੜਾ ਪਾ ਦੇਣਾ। ਉਸਤਾਦ ਜੀ ਬਾਸ, ਮੈਂ ਤੁਹਾਨੂੰ ਪਹਿਲਾਂ ਕਿਹਾ ਜਾਂਦੀਆਂ ਨਹੀਂ ਹੁੰਦੀਆਂ, ਆਪਣੇ ਆਪ 10 ਸੈਕਿੰਡ ਬਾਅਦ ਬੰਦ ਕਰ ਦੋ ਬਾਸ। ਥੈਂਕ ਯੂ ਸੋ ਮਚ ਜੀ, ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ। ਬਾਬੇ ਤੁਹਾਨੂੰ ਤਰੱਕੀ ਦੇਣ, ਚੜ੍ਹਦੀ ਕਲਾ ਕਰਾਓ, ਮਾਈਕ ਮੈਨੂੰ ਬਿਠਾਉਣਾ ਜੀ। ਅੱਛਾ ਅੱਛਾ ਅੱਛਾ, 7 ਅਪ ਨਿੰਬੂ ਮਸਾਲਾ ਸੋਡਾ, ਅਸਲੀ ਨਿੰਬੂ ਤੇ ਮਸਾਲਾ ਪਾ ਕੇ। ਓ ਮਸਾਲਿਆਂ ਥੱਲੇ ਨਾ ਡਿੱਗ ਜੀ, ਸਾਰਿਆਂ ਨੇ ਵਿਛੜ। ਅਸਲੀ ਨਿੰਬੂ ਅਤੇ ਮਸਾਲਾ ਪਾ ਕੇ, ਅਸਲੀ ਨਿੰਬੂ ਅਤੇ ਮਸਾਲਾ ਪਾ ਕੇ। ਆਓ ਬਈ, ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਜੀ ਤੁਹਾਡਾ? ਕਰਨਵੀਰ ਜੀ। ਕਰਨਵੀਰ, ਹਾਂਜੀ, ਅਲਗੋਜ਼ ਦੇ ਹੱਥ 'ਚ? ਹਾਂਜੀ ਹਾਂ ਸਰ। ਸੁਣੋ ਜੀ ਅਲਗੋਜ਼ ਦੇ ਬਾਈ ਦੇ, ਆਏ ਹਾਂ ਜੀ। 7 ਅਪ ਨਿੰਬੂ ਮਸਾਲਾ ਤੁਹਾਡਾ ਵੱਲੋਂ ਗਿਫਟ ਹੈ, ਪਰ ਬਾਬੇ ਤੁਹਾਨੂੰ ਤਰੱਕੀ ਦੇਣ। ਥੈਂਕ ਯੂ ਸੋ ਮਚ। ਹਾਂਜੀ 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 ਜੀ। ਸੋ ਖਾਸ ਗੱਲ, ਖਾਸ ਗੱਲ, ਖਾਸ ਗੱਲ ਤੁਹਾਡੇ ਸਾਰਿਆਂ ਲਈ ਇਹ ਹੈ ਕਿ ਅੱਜ ਮੈਂ ਇੱਥੇ ਇਕੱਲਾ ਨਹੀਂ ਆਇਆ, ਇੱਕ ਤੁਹਾਡੇ ਸਾਰਿਆਂ ਲਈ ਸਸਪੈਂਸ ਵੀ ਹੈਗਾ, ਇੱਕ ਸਾਰਿਆਂ ਲਈ ਸਸਪੈਂਸ ਵੀ ਹੈਗਾ। ਇੱਕ ਬਹੁਤ ਵੱਡੇ ਕਲਾਕਾਰ, ਬਹੁਤ ਵੱਡੇ ਆਰਟਿਸਟ ਸਾਡੇ ਵਿੱਚ ਹੋਣਗੇ,
ਪੰਜਾਬੀ ਇੰਡਸਟਰੀ ਤੋਂ ਸ਼ੁਰੂਆਤ ਕਰਕੇ ਉਹਨਾਂ ਨੇ ਬਾਲੀਵੁੱਡ ਦੇ ਵਿੱਚ ਵੀ ਧਮਾਲਾਂ ਪਾਈਆਂ, ਉਹ ਵੀ ਇੱਥੇ ਪਹੁੰਚ ਰਹੇ ਨੇ। ਸੋ ਜ਼ੋਰਦਾਰ ਤਾੜੀਆਂ ਦੇ ਨਾਲ ਦਿਲਜੀਤ ਦੋਸਾਂਝ ਬਾਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ। ਸੋਰੀ ਬਾਈ, ਮੈਨੂੰ ਲੱਗਿਆ ਦਿਲਜੀਤ ਬਾਈ ਖੜੇ ਨੇ ਯਾਰ। ਥੈਂਕ ਯੂ ਭਾਜੀ। ਹੋਰ ਕਿੱਦਾਂ? ਬਹੁਤ ਸੋਹਣੇ ਲੱਗ ਰਹੇ ਬਾਈ। ਥੈਂਕ ਯੂ ਭਾਜੀ। ਤੁਸੀਂ ਵੀਰੇ ਨਾਲ ਬਹੁਤ ਸੈਂਪਲ ਕਰਦੇ ਹੋ। ਹਾਂਜੀ ਭਾਜੀ, ਭੈਣ ਆ ਭਾਈ ਉਹਦਾ। ਓਕੇ ਨਾ, ਬਹੁਤ ਬਹੁਤ ਜਾਚ ਰਹੇ ਹੋ ਜੀ। ਥੈਂਕ ਯੂ ਭਾਈ। ਕੀ ਨਾਂ ਤੁਹਾਡਾ? ਜਸ ਰਠੌਰ ਭਾਈ। ਹਾਂਜੀ, ਜਸ ਰਠੌਰ। ਜਸ ਰਠੌਰ, ਕਿੱਥੋਂ ਬਿਲੋਂਗ ਕਰਦੇ ਹੋ? ਚੰਡੀਗੜ੍ਹ ਤੋਂ ਜੀ ਭਾਈ। ਚੰਡੀਗੜ੍ਹ ਤੋਂ? ਹਾਂਜੀ। ਓਕੇ, ਕੀ ਸੁਣਾਓਗੇ ਸਾਨੂੰ? ਸ਼ੌਂਕ ਸਰ, ਸੌਂਗ ਨਹੀਂ, ਭੰਗੜਾ ਕਰ ਲਾਂਗੇ ਤੁਹਾਡੇ ਨਾਲ। ਭੰਗੜਾ ਉਹਦਾ ਪ੍ਰੋਫੈਸ਼ਨਲ? ਬਿਲਕੁਲ ਬਿਲਕੁਲ। ਚਲ ਠੀਕ ਹੈ ਭਾਈ। ਆ ਜਾ, ਪਰਸੋਂ ਆਏਗਾ। ਭੰਗੜਾ ਵੀ ਚਟਪਟਾਕਾ ਸੀਗਾ ਜੀ, ਤੇ ਡਾਂਸ ਵਾਲੀ ਤਾਂ ਗੱਲਬਾਤ ਹੀ ਛੱਡੋ, ਡਾਂਸ ਬਹੁਤ ਸੋਹਣਾ ਬਾਈ ਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਂ ਤੁਹਾਡਾ? ਵਿਸ਼ਾਖਾ। ਵਿਸ਼ਾਖਾ, ਬਹੁਤ ਸੋਹਣਾ ਸੂਟ ਜੀ, ਬਹੁਤ ਸੋਹਣੀ ਜੁੱਤੀ। ਥੈਂਕ ਯੂ ਬਾਬੇ, ਤੁਹਾਨੂੰ ਤਰੱਕੀ ਦੇਣ। ਥੈਂਕ ਯੂ। ਕਿਹੜਾ ਕਿਹੜਾ ਈਅਰ ਹੈ ਜੀ ਇੱਥੇ? ਮੇਰਾ MSc ਫਸਟ ਈਅਰ। MSc ਫਸਟ ਈਅਰ? ਹਾਂਜੀ। ਤੇ ਕੀ ਸ਼ੌਂਕ ਨੇ ਤੁਹਾਡੇ? ਮੈਂ ਡਾਂਸ ਕਰਦੀ ਹਾਂ ਤੇ ਗਾਣਾ ਗਾਉਂਦੀ ਹਾਂ। ਹਾਂਜੀ, ਗਾਣਾ ਗਾਉਂਦੀ ਹਾਂ। ਅੱਛਾ, ਡਾਂਸ ਕਰਦੇ ਹੋ, ਗਾਣਾ ਗਾਉਂਦੇ ਹੋ? ਹਾਂਜੀ। ਅੱਛਾ, ਗਾਣਾ ਸੁਣਾਓ ਜੀ। ਨਹੀਂ ਜਾਣਾ ਨਹੀਂ ਜਾਣਾ ਮੇਰੀ ਮਾਏ, ਮੈਂ ਉਹਦੇ ਨਾਲ ਨਹੀਂ ਜਾਣਾ, ਨਹੀਂ ਜਾਣਾ ਨਹੀਂ ਜਾਣਾ ਮੇਰੀ ਮਾਏ, ਮੈਂ ਉਹਦੇ ਨਾਲ ਨਹੀਂ ਜਾਣਾ। ਪਹਿਲੀ ਪਹਿਲੀ ਵਾਰ ਮੈਨੂੰ ਦਿਓਰ ਲੈਣ ਆ ਗਿਆ, ਪਹਿਲੀ ਪਹਿਲੀ ਵਾਰ ਮੈਨੂੰ ਦਿਓਰ ਲੈਣ ਆ ਗਿਆ, ਦਿਓਰ ਦੇ ਨਾਲ ਮੇਰੀ ਜਾਂਦੀ ਹੈ ਬਲਾ, ਕੁੰਡ ਖੋਲਿਆ ਨਾ ਜਾਏ ਮੂੰਹੋਂ ਬੋਲਿਆ ਨਾ ਜਾਏ। ਨਹੀਂ ਜਾਣਾ ਨਹੀਂ ਜਾਣਾ ਮੇਰੀ ਮਾਏ, ਮੈਂ ਉਹਦੇ ਨਾਲ ਨਹੀਂ ਜਾਣਾ। ਚਲੋ ਜੀ, 7UP ਨਿੰਬੂ ਮਸਾਲਾ ਸੋਡਾ ਤੁਹਾਨੂੰ ਦਿੱਤਾ ਜਾਂਦਾ ਹੈ। ਥੈਂਕ ਯੂ। ਗਰਮੀਆਂ ਵੀ ਸ਼ੁਰੂ ਹੋ ਗਈਆਂ। ਥੈਂਕ ਯੂ। ਜਦੋਂ ਤੁਸੀਂ ਬੋਰ ਫੀਲ ਕਰੋਗੇ, ਇਹਦੇ ਨਾਲ ਪੀ ਕੇ ਇੰਟਰਸਟ ਜਿਹਾ ਬੰਦੇ ਦਾ ਬਣ ਜਾਂਦਾ ਹੈ। ਅਸਲੀ ਨਿੰਬੂ ਅਤੇ ਆ ਵੀ ਮਸਾਲੇ ਜਿਹੜੀ ਹੈ ਨਾ, ਇੱਧਰ ਆ ਜਾਓ ਹੁਣ। ਅਸਲੀ ਨਿੰਬੂ ਅਤੇ ਗੋਲੀ ਚੱਲ ਗਈ ਅੱਡੇ ਦੇ ਵਿੱਚ, ਤੜਕੇ ਨੀ ਤੇਰਾ ਵਿੱਚ ਨਾ ਬੋਲਦਾ, ਉਹ ਗੋਲੀ ਕਿਹਨੇ ਆ ਚਲਾਈ, ਗੋਲੀ ਕਿਹਦੇ ਪਿੱਛੇ ਚੱਲੀ, ਉਹ ਗੋਲੀ ਕਿਹਨੇ ਆ ਚਲਾਈ, ਗੋਲੀ ਕਿਹਦੇ ਪਿੱਛੇ ਚੱਲੀ, ਫਿਰਦਾ ਠਾਣਾ ਟੋਲਦਾ, ਉਹ ਗੋਲੀ ਚੱਲ ਗਈ ਅੱਡੇ ਦੇ ਵਿੱਚ, ਤੜਕੇ ਨੀ ਤੇਰਾ ਵਿੱਚ ਨਾ ਬੋਲਦਾ, ਉਹ ਗੋਲੀ ਚੱਲ ਗਈ ਅੱਡੇ ਦੇ ਵਿੱਚ, ਤੜਕੇ ਨੀ ਤੇਰਾ ਵਿੱਚ ਨਾ ਬੋਲਦਾ। ਥੈਂਕ ਯੂ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ ਜੀ। ਆਲੋ ਜੀ, ਆਲੋ 7UP ਬਾਬਾ ਜੀ। ਥੈਂਕ ਯੂ ਭਾਈ। ਓਕੇ ਓਕੇ, ਬਾਬਾ ਜੀ ਤਰੱਕੀ ਦੇਣ, 7UP ਨਿੰਬੂ ਮਸਾਲਾ ਤੁਹਾਡਾ। ਆਜੋ 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 ਆਜੋ। ਸਤਿ ਸ਼੍ਰੀ ਅਕਾਲ ਜੀ। ਰਾਜੇ ਬੋਤਲ ਅੱਧੀ ਕਰੋ। ਕੀ ਨਾਂ ਤੁਹਾਡਾ? ਭਰਤ ਗਾਂਧੀ। ਹੈ? ਭਰਤ ਗਾਂਧੀ। ਭਰਤ ਗਾਂਧੀ ਜੀ, ਓਕੇ। ਕਿੱਥੇ ਰਹਿੰਦੇ ਹੋ ਜੀ? ਮਨੀ ਮਾਜਰੇ। ਮਨੀ ਮਾਜਰੇ ਊਂ ਬੇਸਿਕਲੀ? ਬੇਸਿਕਲੀ ਜੀ। ਓਕੇ, ਤੇ ਸ਼ੌਂਕ? ਡਾਂਸ। ਡਾਂਸ ਸਟੱਡੀ? ਸਟੱਡੀ। ਕਿਹੜੇ ਸਬਜੈਕਟ ਰੱਖੇ ਨੇ? ਮੈਂ PGDCA ਕਰ ਰਿਹਾ। ਹੈ ਜੀ, PGDCA। ਕਾਫੀ ਵੱਡਾ ਕਰ ਰਹੇ ਹੋ ਕੁਛ ਨਾ? ਕੋਰਸ ਆ, ਡਿਪਲੋਮਾ ਕੋਰਸ। ਵੱਡਾ ਜਗਾਰਡ ਛੇੜ ਰੱਖਿਆ, PGDCA ਹੈ। ਕੀ ਏਮ ਕੀ ਹੈ? ਏਮ ਕੁਛ ਵੀ ਨਹੀਂ ਹੋਣੀ। ਏਮ ਕੁਛ ਨਹੀਂ ਹੈ। ਤਾਂ ਜ਼ਿੰਦਗੀ 'ਚ ਕੀ ਬਣਨਾ ਚਾਹੁੰਦੇ ਹੋ? ਜ਼ਿੰਦਗੀ 'ਚ ਡਾਂਸਰ ਬਣਨਾ ਚਾਹੁੰਦੇ। ਡਾਂਸਰ, ਬਹੁਤ ਬਹੁਤ ਸੋਹਣੀ ਕਲਾ। ਅਤੇ ਵੱਡੀ ਗੱਲ ਇਹ ਹੈ, ਬਹੁਤ ਕਿਊਟ ਲੱਗਦਾ ਸੀ ਬਾਈ ਜੋ ਡਾਂਸ ਕਰਦਾ। ਮਹਾਰਾਜ ਤੁਹਾਨੂੰ ਤੰਦਰੁਸਤੀ ਬਖਸ਼ੇ। ਅਤੇ ਆ ਲਓ ਜੀ, 7UP ਨਿੰਬੂ ਮਸਾਲਾ ਸੋਡਾ ਤੁਹਾਡੇ ਕਰਕੇ। ਹਾਂ, ਫੋਟੋਆਂ ਜਿੰਨੀਆਂ ਮਰਜ਼ੀ। ਐਂ ਨਹੀਂ ਲੱਗਦਾ ਘੜੀ ਦੇ 1:30 ਵਜੇ ਹੁੰਦੇ ਆ। ਕੋਈ ਨਜ਼ਰ ਕਰੋ। ਲਵ ਯੂ, ਲਵ ਯੂ, ਲਵ ਯੂ ਟੂ ਦਾ ਕੈ। ਲਵ ਯੂ ਟੂ ਸਰ। ਓਕੇ, ਆਓ ਜੀ, ਆਓ ਆਓ ਆਓ। ਸਤਿ ਸ਼੍ਰੀ ਅਕਾਲ ਜੀ। ਬਹੁਤ ਸੋਹਣਾ ਕੁੜਤਾ ਪਜਾਮਾ ਮਹਾਰਾਜ, ਬਹੁਤ ਸੋਹਣੀ ਪੱਗ ਜੀ। ਬਾਬੇ ਤੁਹਾਨੂੰ ਤਰੱਕੀ ਦੇਣ। ਕੀ ਨਾਂ ਹੈ ਜੀ? ਜੱਗੀ ਤੁਰਕਾ ਜੀ, ਸੈਕਿੰਡ ਟਾਈਮ ਮਿਲ ਰਿਹਾ ਤੁਹਾਨੂੰ। ਓਕੇ ਜੀ, ਓਕੇ। ਪਹਿਲਾਂ ਆਪਾਂ ਕਿੱਥੇ ਮਿਲੇ ਜੀ? ਆਵਾਜ਼ ਪੰਜਾਬ ਦੀ। ਹਾਂ, ਬਹੁਤ ਫਿਰ ਤਾਂ ਆਵਾਜ਼। ਹਾਂਜੀ, ਸੁਣਾਓ ਫਿਰ।
ਉਹ ਕਿੱਲੇ ਰੋਟੀ ਲਈ ਤਾਂ ਸੱਤ ਅੱਠ ਆਉਂਦੇ ਨੇ ਐਵੇਂ ਰੁੜਨ ਨੀ ਦੇਣਾ ਤੈਨੂੰ ਚੱਲੀਏ ਧੋਖੇ ਕਰਦਾ ਨੀ ਪੁੱਤ ਜ਼ਿਮੀਂਦਾਰ ਦਾ ਸਾਡੇ ਹੁੰਦੇ ਨੇ ਅਸੂਲ ਪੱਕੇ ਬੱਲੀਏ ਜਿਹੜੇ ਮੁੱਕਰੀ ਜਾਂਦੇ ਨੇ ਲੋੜ ਪੈਣ ਤੋਂ ਕਿਤੇ ਉਹਨਾਂ ਵਿੱਚੋਂ ਗਿਣ ਲਈ ਨਾ ਯਾਰ ਨੂੰ ਸਾਡੇ ਸਿਰ ਤੇ ਕਰੇਂਗੀ ਸਰਦਾਰੀਆਂ ਦਿਲ ਦੇ ਕੇ ਤਾਂ ਵੇਖ ਸਰਦਾਰ ਨੂੰ ਸਾਡੇ ਸਿਰ ਤੇ ਕਰੇਂਗੀ ਸਰਦਾਰੀਆਂ ਦਿਲ ਦੇ ਕੇ ਤਾਂ ਵੇਖ ਸਰਦਾਰ ਨੂੰ ਉਹ ਪੂਰੀ ਬਣੀ ਹੋਈ ਪਿੰਡ ਗੱਲਬਾਤ ਆ ਉਹਨਾਂ ਹੀ ਰੋਲਾਂ ਨਾਲ ਕਿਸੇ ਲਾਗ ਡਾਟਦਾ ਅੱਜ ਦੇਸੀਆਂ ਦੀ ਹੁੰਦੀਆਂ ਡਿਮਾਂਡਾਂ ਨੇ ਖੇੜਾ ਛੱਡ ਤੂੰ ਵੀ ਐਂਕੀ ਦੇ ਸਮਾਟ ਦਾ ਰੀਸ ਕਰੂ ਕਿਹੜਾ ਡੀ ਸੈਂਟ ਜੱਟਾਂ ਦੀ ਮਤ ਪਾਉਂਦੇ ਤਾਂ ਚੜ੍ਹਦੇ ਸਟਾਰ ਨੂੰ ਸਾਡੇ ਸਿਰ ਤੇ ਕਰੇਂਗੀ ਸਰਦਾਰੀਆਂ ਦਿਲ ਦੇ ਕੇ ਤਾਂ ਵੇਖ ਸਰਦਾਰ ਨੂੰ ਸਾਡੇ ਸਿਰ ਤੇ ਕਰੇਂਗੀ ਸਰਦਾਰੀਆਂ ਦਿਲ ਦੇ ਕੇ ਤਾਂ ਵੇਖ ਸਰਦਾਰ ਨੂੰ ਬਹੁਤ ਸੋਹਣੀ ਆਵਾਜ਼ ਬਹੁਤ ਸੋਹਣੀ ਆਵਾਜ਼ ਬਹੁਤ ਸੋਹਣੀ ਆਵਾਜ਼ ਲਓ ਜੀ ਸੈਵਨ ਅਪ ਨਿੰਬੂ ਮਸਾਲਾ ਸੋਡਾ ਤੁਹਾਡੇ ਕਰ ਗਈ ਹਾਂਜੀ 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 ਟੀ ਸ਼ਰਟ ਵੀਰੇ ਨੂੰ ਵੀ ਬਾਬਾ ਤੁਹਾਨੂੰ ਤਰੱਕੀ ਦੇਣ ਬਹੁਤ ਸੋਹਣੀ ਆਵਾਜ਼ ਮਾਲਕ ਮਿਹਰ ਕਰੇ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ ਗੁਰਪ੍ਰੀਤ ਨਾਮ ਹੈ ਜੀ ਮੇਰਾ ਓਕੇ ਜੀ ਓਕੇ ਮੈਂ ਬੋਲੀਆਂ ਪਾਉਂਦਾ ਆਪਣੇ ਖਾਲਸਾ ਕਾਲਜ ਤੋਂ ਜਿਹੜੀ ਰਿਕਾਰਡਿੰਗ ਤੇ ਤੁਸੀਂ ਪਾਈ ਹੈ ਮੇਰੀ ਪਾਈ ਹੈ ਕੀ ਬਾਤ ਹੈ ਬਹੁਤ ਸੋਹਣੀ ਆਵਾਜ਼ ਬਹੁਤ ਸੋਹਣੀ ਪੱਗ ਥੈਂਕ ਯੂ ਜੀ ਹਾਂਜੀ ਗਾਣਾ ਹਾਂਜੀ ਦੱਸਾਂ ਕੀ ਮੈਂ ਯਾਰ ਉਹ ਮੇਰੇ ਨਾਲ ਕੱਢਿਆ ਇੱਕ ਸੋਹਣੀ ਜੀ ਕੁੜੀ ਨੇ ਮੇਰੇ ਵੱਲ ਤੱਕਿਆ ਮੈਂ ਉਹਦੇ ਵੱਲ ਵੇਖ ਥੋੜਾ ਹੱਸ ਕੀ ਪਿਆ ਗੱਲ ਉਦਣ ਦੀ ਉਹਨੇ ਫਲਾਈ ਹੋਈ ਆ ਉਹ ਕੁੜੀ ਪੰਡਤਾਂ ਦੀ ਪਿੱਛੇ ਪੈ ਗਈ ਜੱਟ ਦੇ ਕਹਿੰਦੀ ਪਟਣਾ ਏ ਜੱਟ ਰੱਟ ਲਾਈ ਹੋਈ ਆ ਕਹਿੰਦੀ ਦਿਲ ਮੇਰਾ ਤੁਹਾਡੇ ਤੋਂ ਪਿਆਰ ਮੰਗਦਾ ਮੈਂ ਕਹਿਤਾ ਤੇਰੇ ਜਈਆਂ ਦੇ ਤਾਂ ਮੈਂ ਕੋਲੇ ਨਹੀਂ ਖੰਘਦਾ ਸਮਝੀ ਨਾ ਫੈਨ ਤੇਰੇ ਗੋਰੇ ਰੰਗ ਦਾ ਗੱਲਾਂ ਖਰੀਆਂ ਮੈਂ ਆਖ ਕੇ ਸੁਣਾਤੀਆਂ ਸਾਰੀ ਤੋੜਤੀ ਉਮੀਦ ਜਿਹੜੀ ਲਾਈ ਹੋਈ ਆ ਉਹ ਕੁੜੀ ਬਾਣੀਆਂ ਦੀ ਪਿੱਛੇ ਪੈ ਗਈ ਜੱਟ ਦੇ ਕਹਿੰਦੀ ਪੱਟਣਾ ਏ ਜੱਟ ਰੱਟ ਲਾਈ ਹੋਈ ਆ ਬਹੁਤ ਵਧੀਆ ਸੈਵਨ ਅਪ ਨਿੰਬੂ ਮਸਾਲਾ ਸੋਡਾ ਅਸਲੀ ਨਿੰਬੂ ਅਤੇ ਮਸਾਲਾ ਮਾਰ ਕੇ ਬਹੁਤ ਵਧੀਆ ਮੰਮੀ ਪਾਪਾ ਬ੍ਰਦਰ ਚਾਚੂ ਚਾਚੀ ਕਜ਼ਨ ਚਾਚੂ ਚਾਚੀ ਹਾਂਜੀ ਚਾਚਾ ਚਾਚੀ ਨਹੀਂ ਚਾਚਾ ਚਾਚੀ ਕਜ਼ਨ ਦਾਦੀ ਜੀ ਓਕੇ ਹਾਂਜੀ ਤੇ ਪਰਿਵਾਰ 'ਚ ਸਭ ਤੋਂ ਘੈਂਟ ਬੰਦਾ ਕੌਣ ਹੈ ਤੁਹਾਡੇ ਸਾਰੇ ਘੈਂਟ ਨੇ ਸਭ ਤੋਂ ਘੈਂਟ ਮੈਂ ਆਪਣੀ ਤੇਰੀ ਵਾਪੀ ਹਾਂਜੀ ਬਹੁਤ ਵਧੀਆ ਆਈਡਲ ਕਿਹਨੂੰ ਮੰਨਦੇ ਹੋ ਜ਼ਿੰਦਗੀ ਦੇ ਵਿੱਚ ਕੀ ਉਦਾਂ ਦੀ ਬਣਨਾ ਆਪਣੇ ਡੈਡ ਨੂੰ ਪਾਪਾ ਨੂੰ ਹਾਂਜੀ ਓਕੇ ਕੀ ਕਰਦੇ ਨੇ ਉਹ ਉਹਨਾਂ ਦਾ ਪ੍ਰੋਪਰਟੀ ਡੀਲਿੰਗ ਦਾ ਕੰਮ ਹੈ ਹਾਂਜੀ ਸੋਹਣਾ ਰੂਪ ਸਜਾ ਕੇ ਪੈਰੀ ਚਾਂਦਰ ਪਾ ਕੇ ਹੱਥੀ ਮਹਿੰਦੀ ਲਾ ਕੇ ਲੋ ਜੀ ਸੈਵਨ ਅਪ ਨਿੰਬੂ ਮਸਾਲਾ ਸੋਡਾ ਦੇ ਵਿੱਚ ਇਹ ਸੀਗੀ ਜੀ ਮਸਾਲੇਦਾਰ ਪਰਫੋਰਮੈਂਸ ਅਤੇ ਬਹੁਤ ਸਾਰਾ ਪਿਆਰ ਸਤਿਕਾਰ ਬਹੁਤ ਸਾਰਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਤੁਹਾਡਾ ਰਵਿੰਦਰ ਸਿੰਘ ਕਿੱਥੇ ਰਹਿੰਦੇ ਹੋ ਜੀ ਮੈਂ ਚੰਡੀਗੜ੍ਹ ਰਹਿੰਦਾ ਜੀ ਓਕੇ ਕੀ ਹੋਬੀਜ਼ ਨੇ ਜੀ ਹੋਬੀਜ਼ ਮੈਂ ਜੀ ਅਲਗੋਜ਼ੇ ਵਜਾਉਂਦਾ ਮਿਊਜ਼ਿਕ ਪਸੰਦ ਕਰਦਾ ਅਤੇ ਅਲਗੋਜ਼ੇ ਲੈ ਕੇ ਆਏ ਹੋ ਨਹੀਂ ਐਕਚੁਲੀ ਮੈਨੂੰ ਪਤਾ ਨਹੀਂ ਸੀਗਾ ਓਕੇ ਜੀ ਕੀ ਸੁਣਾਓਗੇ ਮੈਂ ਬੋਲੀ ਪਾ ਸਕਦਾ ਜੀ ਪਾਓ ਪਾਓ ਮਲਵਈ ਗਿੱਧੇ ਵਾਲੀ ਪਾਓ ਜੀ ਪਾਓ ਪਾਓ ਰਾਇਆ ਨੀ ਰਾਹੇ ਜਾਂਦੀ ਨੂੰ ਮੈਨੂੰ ਓ ਰਾਹੇ ਜਾਂਦੀ ਨੂੰ ਮੈਨੂੰ ਰਾਹ ਚੋਂ ਗੁਲਗੁਲਾ ਥਿਆਇਆ ਨੀ ਅੱਧਾ ਤਾਂ ਮੈਂ ਆਪ ਖਾ ਲਿਆ ਓ ਅੱਧਾ ਤਾਂ ਮੈਂ ਆਪ ਖਾ ਲਿਆ ਅੱਧਾ ਰਵਨੀਤ ਦੇ ਹੱਥ ਫੜਾਇਆ ਨੀ ਰਵਨੀਤ ਨੇ ਤਾਂ ਨਾ ਕਰਤੀ ਓ ਜੱਟ ਨੇ ਤਾਂ ਨਾ ਕਰਤੀ ਮੈਂ ਵੀ ਖਿੱਚ ਕੇ ਲਫੇੜਾ ਲਾਇਆ ਨੀ ਜੱਟ ਤਾਂ ਫਿਰ ਗੁੱਸਾ ਕਰ ਗਿਆ
ਉਹ ਜੱਟ ਤਾਂ ਫਿਰ ਗੁੱਸਾ ਕਰ ਗਿਆ, ਉਹ ਮੁੜ ਸਾਰੀ ਰਾਤ ਨਾ ਆਇਆ, ਨਾਈਆਂ ਦੀ ਖੁਰਲੀ ਵਿੱਚੋਂ ਗੰਨੇ ਚੂਪਦਾ ਥਿਆਇਆ, ਨਾਈਆਂ ਦੀ ਖੁਰਲੀ ਵਿੱਚੋਂ ਗੰਨੇ ਚੂਪਦਾ ਥਿਆਇਆ, ਨਾਈਆਂ ਦੀ ਖੁਰਲੀ ਵਿੱਚੋਂ ਗੰਨੇ ਚੂਪਦਾ ਥਿਆਇਆ, ਨਾਈਆਂ ਦੀ ਖੁਰਲੀ ਵਿੱਚੋਂ। ਥੈਂਕ ਯੂ ਲਓ ਜੀ ਲਓ ਜੀ ਲਓ ਜੀ ਲਓ ਜੀ ਥੈਂਕ ਯੂ। 7 ਅਪ ਨਿੰਬੂ ਮਸਾਲਾ ਸੋਡਾ ਤੁਹਾਨੂੰ ਜਾਂਦਾ ਜੀ। 7 ਅਪ ਨਿੰਬੂ ਮਸਾਲਾ ਸੋਡਾ, ਅਸਲੀ ਨਿੰਬੂ ਤੇ ਮਸਾਲਾ ਪਾ ਕੇ। ਮੰਮੀ ਤੇ ਛੋਟੀ ਭੈਣ ਨੂੰ ਬਹੁਤ ਸਾਰਾ ਸਤਿਕਾਰ ਜੀ, ਧੰਨਵਾਦ ਆਂਟੀ ਜੀ, ਤੁਸੀਂ ਪ੍ਰੋਗਰਾਮ ਦੇਖਦੇ ਹੋ ਤੇ ਥੈਂਕ ਯੂ ਸੋ ਮਚ ਸਰ। ਮੈਂ ਤੁਹਾਡੇ ਨਾਲ ਭੰਗੜਾ ਕਰਨਾ। ਹਾਂਜੀ ਹਾਂਜੀ ਭੰਗੜਾ ਕਰਦੇ ਜੀ। ਮਾਰੇ ਤਰੱਕੀ ਦੇਣ, ਮਾਰੇ ਤਰੱਕੀ ਦੇਣ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਆ ਲਓ ਜੀ ਲਓ ਜੀ ਲਓ ਜੀ ਗਿਫਟ ਲੈ ਜਾਓ। ਅੱਛਾ ਇਹ ਵੀ ਗਈ ਨਹੀਂ, ਇਹਨੂੰ ਪਤਾ ਸੀ ਵੀ ਦਊਗਾ। ਕਰੋ ਸ਼ੁਰੂ ਫਿਰ। ਅੱਛਾ ਥੈਂਕ ਯੂ। ਅੱਛਾ ਟੀਵੀ ਤੇ ਆਣ ਕਰਕੇ ਤਾਂ ਨਹੀਂ ਕਿਹਾ, ਤਾਂ ਉਵੇਂ ਵੀ ਵੱਡੇ ਆ। ਕਮਾਲ ਹੋ ਗਈ ਸਰ। ਅੱਛਾ ਨਹੀਂ, ਬਰਥਡੇ ਬਰਥਡੇ ਹੈਪੀ ਬਰਥਡੇ ਜੀ, ਹੈਪੀ ਬਰਥਡੇ। ਥੈਂਕ ਯੂ। ਬਾਬੇ ਤੁਹਾਨੂੰ ਤਰੱਕੀ ਦੇਣ। ਕੀ ਸੁਣਾਓਗੇ ਜੀ? ਅਸਰ ਹੈ ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ, ਹੋ ਨਾ ਹੋਏ ਪਿਆ ਤੇਰੇ ਦਾ ਅਸਰ ਹੈ ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ। ਚਲੋ ਜੀ ਬੁਲਾਉਂਦੇ ਹਾਂ ਅਗਲੇ ਸਟੂਡੈਂਟ ਨੂੰ। ਆਓ ਜੀ ਭਾਜੀ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਵੀਰੇ? ਜੀਤ ਸਿੱਧੂ ਵੀਰੇ। ਜੀਤ ਸਿੱਧੂ ਕੀ ਸ਼ੌਂਕ ਨੇ ਜੀ? ਵੀਰੇ ਸਿੰਗਿੰਗ ਹੀ ਆ ਸ਼ੌਂਕ ਤਾਂ ਇੱਕੋ। ਸੁਣਾਓ ਜੀ। ਓਏ ਅੱਜ ਕੱਲ ਦੇ ਜਵਾਨਾਂ ਦਾ ਸੁਣਾਵਾਂ ਤੁਹਾਨੂੰ ਹਾਲ, ਚੜ੍ਹਦੀ ਜਵਾਨੀ ਦੇ ਹੋਏ ਨੇ ਬੁਰੇ ਹਾਲ, ਉਹ ਕਰਦੇ ਨੇ ਇੱਥੇ ਕਈ ਇਸ਼ਕ ਪੜ੍ਹਾਈਆਂ, ਕਈ ਨਸ਼ਿਆਂ 'ਚ ਚੂਰ ਹੁੰਦੇ ਨੇ, ਬਹਿ ਕੇ ਟੋਲੀਆਂ 'ਚ ਗੱਲ ਕਰਦੇ ਨਾ ਚੱਜ ਦੀ ਹੀ ਰੰਨਾ, ਸੋਹਣੀਆਂ ਦੇ ਚਰਚੇ ਜ਼ਰੂਰ ਹੁੰਦੇ ਨੇ, ਉਹ ਬਹਿ ਕੇ ਟੋਲੀਆਂ 'ਚ ਗੱਲ ਕਰਦੇ ਨਾ ਚੱਜ ਦੀ ਹੀ ਰੰਨਾ, ਸੋਹਣੀਆਂ ਦੇ ਚਰਚੇ ਜ਼ਰੂਰ ਹੁੰਦੇ ਨੇ, ਉਹ ਇਹ ਜਾਂਦੇ ਪੁੱਠੇ ਰਾਹੇ ਨਾ ਕੋਈ ਵੀ ਨਾ ਰੋਕੇ, ਮਾਂ ਬਾਪ ਦੀਆਂ ਇੱਜ਼ਤਾਂ ਨੂੰ ਕੋਈ ਵੀ ਨਾ ਲੋਚੇ, ਉਹ ਜਦੋਂ ਨਸ਼ਾ ਪੱਤਾ ਕਰ ਫਿਰ ਘਰ ਵੜਦੇ ਯਾਰ, ਉਹ ਮਾਪਿਆਂ ਤੋਂ ਘੂਰ ਹੁੰਦੇ ਨੇ, ਬਹਿ ਕੇ ਟੋਲੀਆਂ 'ਚ ਗੱਲ ਕਰਦੇ ਨਾ ਚੱਜ ਦੀ ਹੀ ਰੰਨਾ, ਸੋਹਣੀਆਂ ਦੇ ਚਰਚੇ ਜ਼ਰੂਰ ਹੁੰਦੇ ਨੇ। ਥੈਂਕ ਯੂ ਸੋ ਮਚ ਭਾਈ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ ਜੀ, ਬਹੁਤ ਵਧੀਆ ਪਰਫੋਰਮੈਂਸ, ਥੈਂਕ ਯੂ ਸੋ ਮਚ ਜੀ। ਚਲੋ ਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਰਵਨੀਤ, ਥੈਂਕ ਯੂ ਸੋ ਮਚ, ਤੁਸੀਂ ਸ਼ੋਅ ਨੂੰ ਇੰਨਾ ਪਿਆਰ ਕਰਦੇ ਹੋ, ਨਾਲ ਦੇ ਨਾਲ MH1 ਕੰਟੀਨਿਊ ਮੀਡੀਅਰ ਦੇ ਇਸ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ, ਨਾਲੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਅਗਲੇ ਸ਼ੋਅਸ ਦੀਆਂ ਜਿਹੜੀਆਂ ਨੋਟੀਫਿਕੇਸ਼ਨ ਹੈਗੀਆਂ ਉਹ ਤੁਹਾਨੂੰ ਮਿਲ ਜਾਣ। ਸਤਿ ਸ਼੍ਰੀ ਅਕਾਲ ਜੀ। 7 ਅਪ ਨਿੰਬੂ ਮਸਾਲਾ ਸੋਡਾ ਕੰਟੀਨਿਊ ਮੀਡੀਅਰ ਦੇ ਸਪੈਸ਼ਲ ਐਪੀਸੋਡ ਤੋਂ ਜਾਣ ਦਾ ਜੀ ਨਹੀਂ ਕਰਦਾ, ਪਰ ਅਗਲੇ ਹਫ਼ਤੇ ਇੱਕ ਹੋਰ ਕਾਲਜ ਦੇ ਵਿੱਚ ਮਿਲਾਂਗੇ। ਕੀਪ ਵਾਚਿੰਗ MH1 ਕੰਟੀਨਿਊ ਮੀਡੀਅਰ ਨੂੰ ਪਿਆਰ ਕਰਦੇ ਰਹੋ, ਅਤੇ 7 ਅਪ ਨਿੰਬੂ ਮਸਾਲਾ ਸੋਡਾ ਦਾ ਬਹੁਤ ਸਾਰਾ ਧੰਨਵਾਦ ਜਿਹੜੇ ਸਾਡੇ ਇਸ ਐਪੀਸੋਡ ਦੇ ਵਿੱਚ ਜੁੜੇ। ਅਗਲੇ ਹਫ਼ਤੇ ਇੱਕ ਹੋਰ ਸ਼ੋਅ ਦੇ ਵਿੱਚ ਮਿਲਾਂਗੇ। ਬਾਬੇ ਤਰੱਕੀ ਦੇਣ, ਰਵਨੀਤ ਵੱਲੋਂ ਬਾਏ ਬਾਏ ਜੀ, ਮਾਲਕ ਚੜ੍ਹਦੀ ਕਲਾ 'ਚ ਰੱਖੇ ਸਭ ਨੂੰ।